ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਰਾਜ ਕੁਮਾਰ ਚੰਬੇਵਾਲ ਨੇ ਵੱਡੀ ਗਿਣਤੀ ਦੇ ਨਾਲ ਜਿੱਤ ਹਾਸਲ ਕੀਤੀ ਹੈ। ਕਾਂਗਰਸ ਪਾਰਟੀ ਦੇ ਜਾਮਨੀ ਗੋਮਰ, ਬੀਜੇਪੀ ਦੇ ਅਨੀਤਾ ਸੋਮ ਪ੍ਰਕਾਸ਼, ਸ਼੍ਰੋਮਣੀ ਅਕਾਲੀ ਦਲ ਤੋਂ ਸੋਹਣ ਸਿੰਘ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੀ। ਇਹਨਾਂ ਸਾਰੀਆਂ ਪਾਰਟੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਡਾਕਟਰ ਰਾਜ ਕੁਮਾਰ ਚੰਬੇਵਾਲ ਨੇ ਬਾਜ਼ੀ ਮਾਰੀ ਹੈ। ਜੇਕਰ ਗੱਲ ਕਰੀਏ ਵੋਟਿੰਗ ਨੂੰ ਲੈ ਕੇ ਕਿ ਰਾਜ ਕੁਮਾਰ ਨੇ 3 ਲੱਖ ਤੋਂ ਵੱਧ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ। ਯਾਮਨੀ ਗੋਮਰ ਨੇ 2,57,000 ਅਤੇ ਬੀਜੇਪੀ ਦੀ ਅਨੀਤਾ ਨੇ 1,98,000 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੋਹਣ ਸਿੰਘ ਨੇ 91,503 'ਤੇ ਸਿਮਟ ਕੇ ਰਹਿ ਗਏ ਨੇ। ਅਤੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਹੁਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਕੁਮਾਰ ਚੰਬੇਵਾਲ ਨੇ ਮਾਤ ਦਿੱਤੀ ਹੈ। ਇੱਕ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ, ਕਿਉਂਕਿ ਹੁਣ MP ਹੁਸ਼ਿਆਰਪੁਰ ਨੇ ਬਣਾਇਆ ਹੈ। ਅਤੇ ਮੇਰੀ ਸਭ ਤੋਂ ਵੱਡੀ ਸੋਚ ਇਹ ਸੀ ਵੀ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਰੇਲ ਟਰੈਕ ਉਹਦਾ ਜਿਹੜਾ ਕਨੈਕਸ਼ਨ, ਕਿਉਂਕਿ ਇੱਕ ਬਲਾਈਂਡ ਐਂਡਿੰਗ ਆ, ਉੱਥੇ ਖਤਮ ਹੋ ਜਾਂਦਾ। ਉਹਨੂੰ ਮੇਰੀ ਸੋਚ ਹੈ ਕਿ ਟਾਂਡਾ ਤੋਂ ਸੈਲਾ ਵਾਇਆ ਹੁਸ਼ਿਆਰਪੁਰ, ਉਸ ਲਿੰਕ ਨੂੰ ਕਨੈਕਟ ਕਰਨਾ ਤਾਂ ਕਿ ਸਾਡਾ ਜਿਹੜਾ ਬਿਜ਼ਨਸ ਵੀ ਵਧੇ, ਤਾਂ ਕਿ ਸਾਡੀ ਜਿਹੜੀ ਰੇਲ ਜਿਹੜੀ ਸਾਡੀ ਰੋਡ ਟ੍ਰੈਫਿਕ ਉਹ ਵੀ ਘਟੇ। ਔਰ ਦੂਸਰਾ ਮੇਰਾ ਵਿਜ਼ਨ ਹੋਏਗਾ ਸਭ ਤੋਂ ਵੱਡਾ ਕਿ ਜਿਹੜੇ ਸਿਹਤ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਇੱਕ ਅੱਛੇ ਪੱਧਰ 'ਤੇ ਲੈ ਕੇ ਜਾਣਾ, ਕਿਉਂਕਿ ਸਾਡੇ ਇੱਥੇ ਵੱਡੇ ਹੋਸਪਿਟਲ ਜਿਹੜੇ ਟਰਸ਼ਰੀ ਹੈਲਥ ਕੇਅਰ ਜਿਹੜੀ ਹੈ ਉਹ ਬਹੁਤ ਲੈਕਿੰਗ ਹੈ। ਸੋ ਮੈਡੀਕਲ ਕਾਲਜ ਐਂਡ ਹੋਸਪਿਟਲ ਬਣਾਉਣਾ, ਕੈਂਸਰ ਹੋਸਪਿਟਲ ਬਣਾਉਣਾ, PGI ਵਰਗੀਆਂ ਸੁਵਿਧਾਵਾਂ ਉਪਲਬਧ ਕਰਾਉਣਾ ਤਾਂ ਕਿ ਸਾਡੇ ਜਿਹੜੇ ਹੁਸ਼ਿਆਰਪੁਰ ਦੇ ਲੋਕ ਨੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ। ਔਰ ਤੀਸਰਾ ਜੋ ਇੰਡਸਟਰੀ ਜਿਹੜੀ ਹੈ, ਇੰਡਸਟਰੀ ਨੂੰ ਲੈ ਕੇ ਆਉਣਾ, ਔਰ ਇੰਡਸਟਰੀ ਖਾਸ ਤੌਰ 'ਤੇ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ, ਔਰ ਹਿਮਾਚਲ ਦੀ ਤਰਜ਼ 'ਤੇ ਕੰਢੀ ਏਰੀਆ ਨੂੰ ਇੱਕ ਜਿਹੜਾ ਪਹਾੜੀ ਖੇਤਰ ਦਾ ਦਰਜਾ ਦਵਾਉਣਾ ਤਾਂ ਕਿ ਇੰਡਸਟਰੀ ਜਿਹੜੀ ਹੈ ਉਹ ਵੱਧ ਤੋਂ ਵੱਧ ਆ ਸਕੇ, ਇੰਡਸਟਰੀਆਂ ਨੂੰ ਵੱਧ ਤੋਂ ਵੱਧ ਜਿਹੜੇ ਪੈਕੇਜਸ ਦਵਾਉਣਾ, ਇਹ ਦੂਸਰਾ ਮੇਰਾ ਮਿਸ਼ਨ ਰਹੇਗਾ। ਔਰ ਤੀਸਰਾ ਟੂਰਿਜ਼ਮ ਡਿਵੈਲਪ ਕਰਨਾ ਔਰ ਸਾਡੇ ਐਜੂਕੇਸ਼ਨ ਨੂੰ ਬਿਹਤਰ ਕਰਨਾ, ਹੋਰ ਬਿਹਤਰ ਕਰਨਾ, ਯੂਨੀਵਰਸਿਟੀ ਲੈ ਕੇ ਆਉਣਾ, ਟੈਕਨੀਕਲ ਯੂਨੀਵਰਸਿਟੀ ਲੈ ਕੇ ਆਉਣਾ ਤਾਂ ਕਿ ਬਿਹਤਰ ਟੈਕਨੀਕਲ ਐਜੂਕੇਸ਼ਨ ਦਿੱਤੀ ਜਾ ਸਕੇ, ਟੈਕਨੀਕਲ ਐਜੂਕੇਸ਼ਨ ਵੀ ਇੰਡਸਟਰੀ ਓਰੀਐਂਟਡ ਦਿੱਤੀ ਜਾ ਸਕੇ ਤਾਂ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ। ਸਰ, ਜਿਹੜਾ ਮੈਡੀਕਲ ਕਾਲਜ ਇੱਥੇ ਬਹੁਤ ਸਾਰੇ ਲੀਡਰਾਂ ਨੇ ਉਦਘਾਟਨ, ਚਾਹੇ ਸੈਂਟਰ ਦੇ ਚਾਹੇ ਪੰਜਾਬ ਸਰਕਾਰ, ਬਹੁਤ ਸਾਰੇ ਉਦਘਾਟਨ। ਦੇਖੋ ਜੀ, ਮੈਂ ਤਾਂ ਇਹੀ ਪ੍ਰੇ ਕਰਦਾ, ਮੇਰੇ ਨਾਲ ਕੈਬਨਿਟ ਮੰਤਰੀ ਸਾਹਿਬ ਵੀ ਆ, ਸਰਕਾਰ ਵੀ ਮੇਰੇ ਨਾਲ ਆ, ਪੰਜਾਬ ਸਾਡੀ ਸਰਕਾਰ ਹੈ ਅਤੇ ਉੱਪਰ ਵੀ ਸਾਡੀ ਸਰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ ਬਣੇਗੀ, ਅਤੇ ਆਪਾਂ ਹੋਸਪਿਟਲ ਬਣਾਵਾਂਗੇ ਵੀ, ਚਲਾਵਾਂਗੇ ਵੀ, ਜਨਤਾ ਨੂੰ ਸਮਰਪਿਤ ਕਰਾਂਗੇ ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ। ਔਰ ਪਿਛਲੇ ਜਿੰਨੇ ਵੀ ਜੋ ਪਿਛਲੀਆਂ 1 MP ਦੇ ਖਿਲਾਫ ਲੋਕਾਂ ਦੀਆਂ ਧਾਰਨਾਵਾਂ ਹੈ ਮੈਂਬਰ ਪਾਰਲੀਮੈਂਟ ਦੇ ਖਿਲਾਫ, ਉਹਨਾਂ ਧਾਰਨਾਵਾਂ 'ਤੇ ਵਿਰਾਮ ਲਗਾਉਣਾ ਵੀ ਮੇਰਾ ਸਭ ਤੋਂ ਵੱਡਾ ਮਿਸ਼ਨ ਹੈ। ਇੱਕ ਸਰ, ਹੁਸ਼ਿਆਰਪੁਰ ਜਲੰਧਰ ਫੋਰ ਲੇਨ ਲਟਕਾ ਪਿਆ 8 ਸਾਲ, ਹਾਂ ਹਜ਼ਾਰੀ ਵੀ, ਉਹ ਬਹੁਤ ਬੜਾ, ਆਪਣੇ ਬਿਲਕੁਲ ਸਹੀ ਪੁੱਛਿਆ, ਉਹ ਬਹੁਤ ਬੜਾ ਇਸ਼ੂ ਹੈ, ਉਸਕੋ ਵੀ ਟੇਕਅਪ ਕਰੇਂਗੇ। ਔਰ ਇਸਕੇ ਇਲਾਵਾ 4-lane ਮਾਰਗ ਜੋ ਹੈ ਗੜਸ਼ੰਕਰ ਸੇ ਲੈ ਕੇ ਟਾਂਡਾ ਔਰ ਦਸੂਆ, ਵਹਾਂ ਵੀ 4-4 lane ਮਾਰਗ ਬਣਾਏਗੇ ਤਾਂ ਕਿ ਇੰਡਸਟਰੀ ਜ਼ਿਆਦਾ ਤੋਂ ਜ਼ਿਆਦਾ ਆ ਸਕੇ ਔਰ ਟ੍ਰੈਫਿਕ ਕੰਟਰੋਲ। ਥੈਂਕ ਯੂ।